ਜਦੋਂ ਸਾਡੇ ਭਰਾਵਾਂ ਦੀ ਵੰਡ ਹੋਈ ਹੈ ਉਦੋਂ ਸਾ ਮੈਨੂੰ 28 ਕਿਲੋ ਸਿੱਕੇ ਮਾਤਾ ਨੇ ਤੋਲ ਕੇ ਦਿੱਤੇ ਸੀ ਤਕੜੀ ਨਾਲ ਸਾਰੇ ਭਰਾਵਾਂ ਨੂੰ ਤਿੰਨਾਂ ਨੂੰ ਬਰਾਬਰ ਬਿਠਾ ਕੇ ਸਾਨੂੰ ਵੰਡ ਕੇ ਦਿੱਤੇ 28 ਕਿਲੋ। ਤੁਸੀਂ ਕਹਿ ਰਹੇ ਸੀ ਪਹਿਲਾਂ ਤਾਂ ਯਾਰ ਮੈਨੂੰ ਐਂ ਲੱਗਦਾ ਸੀਗਾ ਵੀ ਇਹ ਬੋਝ ਜਾਂ ਕੀ ਦਿੱਤਾ ਮੈਨੂੰ ਹਨਾ ਵੀ ਇੱਕ ਸਾਈਡ ਪਿਆ ਰਿਹਾ ਸੀਗਾ, ਅਸਲ ਵੈਲਿਊ ਪਤਾ ਕਦੋਂ ਲੱਗੀ ਸਿੱਕਿਆਂ ਦੀ ਤੁਹਾਨੂੰ? ਉਦੋਂ ਤਾਂ ਕੋਈ ਵੈਲਿਊ ਨਹੀਂ ਸੀ, ਉਦੋਂ ਤਾਂ ਬਸ ਸਿਰਫ ਇਹੀ ਸੋਚਿਆ ਸੀ ਵੀ ਇਹ ਤਾਂਬਾ ਸਾਨੂੰ 28 ਕਿਲੋ ਤਾਂਬਾ ਅੱਡ ਦੇਤਾ, ਕਿਸੇ ਟਾਈਮ ਇਹਨਾਂ ਨੂੰ ਵਟਾ ਕੇ ਭਾਂਡੇ ਲਿਆ ਸਕਦੇ ਹਾਂ ਜਾਂ ਕੋਈ ਹੋਰ ਚੀਜ਼ ਲਿਆ ਸਕਦੇ ਹਾਂ ਜਾਂ ਰਸੋਈ ਦਾ ਸਮਾਨ ਜਿਵੇਂ ਭਾਂਡਿਆਂ ਵਗੈਰਾ ਦੀ ਇੱਦਾਂ ਦੀ ਆਈਟਮਾਂ ਹੁੰਦੀਆਂ ਨੇ, ਬਸ ਇੱਥੇ ਤੱਕ ਹੀ ਦਿਮਾਗ ਸੀਗਾ ਇਹੀ ਸੋਚਿਆ ਹੋਇਆ ਸੀਗਾ। ਬਹੁਤ ਔਖੇ ਆਪ ਨੂੰ ਲੱਭੇ ਫਿਰ ਇਹਨਾਂ ਨੂੰ ਸੰਭਾਲ ਕੇ ਰੱਖਿਆ ਅਤੇ ਇਹਨਾਂ ਵਾਸਤੇ ਸਪੈਸ਼ਲ ਡੱਬਾ ਵੀ ਲਾਇਆ, ਫਿਰ ਫਿਰ ਚਲੋ ਕਬੀਲਦਾਰੀ ਚੁਲਝੇ ਰਹੇ ਵਿੱਚ ਦੀ ਸੌਂਕ ਦੱਬ ਗਿਆ ਥੋੜ੍ਹਾ ਜਿਹਾ ਅਤੇ 2011 ਤੋਂ ਬਾਅਦ ਫਿਰ ਇਹ ਮਤਲਬ ਕਿ ਹਾਂ ਸੰਜੀਵ ਹੋਇਆ ਜਿਹੜਾ ਸੌਂਕ ਸੀਗਾ, ਫਿਰ ਉਸ ਤੋਂ ਬਾਅਦ ਚੱਲ ਸੋ ਚੱਲ ਅੱਜ ਤੱਕ ਕੋਈ ਚੀਜ਼ ਛੱਡੀ ਨਹੀਂ, ਜਿਹੜੀ ਵੀ ਪੁਰਾਣੀ ਮਿਲ ਗਈ ਇਤਿਹਾਸਕ ਉਹ ਸਾਰੀ ਇਕੱਠੀ ਕਰ ਲਈ। ਮੈਨੂੰ ਵੈਸੇ ਦੇਖਣ ਨੂੰ ਦੋਸਤ ਵੀ ਦੇਖ ਰਹੇ ਹੋਣਗੇ ਇਹਦੇ ਉੱਤੇ ਕੋਈ 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 ਇੰਡੀਕੇਸ਼ਨ ਨਹੀਂ ਕਿਸੇ ਤਰ੍ਹਾਂ ਦਾ, ਕੋਈ ਇਹਦੇ ਕੋਈ ਮਾਰਕਾ ਨਹੀਂ ਲੱਗਿਆ ਹੋਇਆ, ਇਹ ਕੀ ਕਹਿ ਸਕਦੇ ਇਹਨੂੰ ਆਪਾਂ? ਇਹ ਬਹੁਤ ਪੁਰਾਣੇ ਸਿੱਕੇ ਨੇ, ਦਮੜੀ ਕਹਿੰਦੇ ਸੀ ਵੈਸੇ ਜ਼ਿਆਦਾਤਰ ਇਹਨੂੰ ਦਮੜੀ ਜੀ, ਅਤੇ ਇਹ ਚੱਲੀਆਂ ਜ਼ਿਆਦਾ ਇੰਨੀਆਂ ਜ਼ਿਆਦਾ ਨੇ ਚੱਲ ਚੱਲ ਕੇ ਘਸ ਗਈਆਂ। ਅੱਛਾ ਜੀ। ਕਿਉਂ ਤਾਂਬਾ ਸੀਗਾ, ਤਾਂਬਾ ਵੀ ਉਸੇ ਰੇਟ ਹੁੰਦਾ ਸੀ ਜਿਹੜਾ ਸਿਸਟਮ ਸੀਗਾ, ਸਿੱਕਾ ਉਸੇ ਰੇਟ 'ਚ ਚੱਲਦਾ ਸੀਗਾ, ਇਹਨੂੰ ਹੁਣ ਵੀ ਜਿੰਨਾ ਚਿਰ ਚੱਲੇ ਨੇ ਇਹ ਜਿੰਨਾ ਚਿਰ ਇਹਨਾਂ ਦਾ ਦੌਰ ਰਿਹਾ ਉਹਨਾਂ ਚਿਰ ਇਹ ਉਸੇ ਭਾਅ 'ਚ ਚੱਲੇ ਨੇ ਭਾਵੇਂ ਘਸੇ ਹੋਏ ਸੀ। ਉਸੇ ਭਾਅ 'ਚ ਚੱਲੇ, ਇਹ ਨਹੀਂ ਹੈਗਾ ਵੀ ਜੇ ਹੁਣ ਅੱਜ ਕੱਲ੍ਹ ਤੁਸੀਂ ₹1 ਦਾ ਨੋਟ ਲੈ ਜਾਓ ਉਹਨੂੰ ਘਸਾ ਕੇ ਲੈ ਜਾਓ, ਕਿਸੇ ਦੁਕਾਨਦਾਰ ਨੇ ਨਹੀਂ ਲੈਣਾ, ਪਰ ਇਹ ਚੀਜ਼ਾਂ ਇੱਦਾਂ ਦੀਆਂ ਸੀਗੀਆਂ ਵੀ ਇਹ ਉਦੋਂ ਵੀ ਚੱਲੀ ਜਾਂਦੀਆਂ ਸੀ। ਇਹ ਸਿੱਕੇ ਤਾਂ ਮੈਨੂੰ ਵੀ ਬੜੇ ਬਰੀਕ ਦਿਖ ਰਹੇ ਨੇ, ਤੁਹਾਨੂੰ ਤਾਂ ਸ਼ਾਇਦ ਮੇਰੇ ਖਿਆਲ ਨਾਲ ਕਾਫੀ ਛੋਟੇ ਦਿਖ ਰਹੇ ਹੋਣਗੇ, ਇਹ ਵੀ ਸਿੱਕੇ ਨੇ ਜੀ? ਸਿੱਕੇ ਨੇ ਜੀ, ਇਹ ਵੀ ਬਹੁਤ ਪੁਰਾਣੇ ਸਿੱਕੇ ਨੇ। ਇਹਨੂੰ ਆਪਾਂ ਕਿੰਨੇ ਰੁਪਏ ਕਹਿ ਦਈਏ? ਫੋਰ ਐਗਜ਼ਾਮਪਲ ਕਹਿ ਦਈਏ ਆਪਾਂ, ਪਹਿਲਾਂ ਕਹਿੰਦੇ ਹੁੰਦੇ ਸੀ ਯਾਰ ਵੀ ਇੱਕ ਜਿਵੇਂ ਚਲੋ ਦਮੜੇ ਦੀ ਗੱਲ ਕਰ ਲਈਏ, ਇੱਕ ਪੈਸੇ ਦੀ ਗੱਲ ਕਰ ਲਈਏ, ਘਰਨੇ ਦੀ ਗੱਲ ਕਰ ਲਈਏ, ਇਹਨੂੰ ਕਿੰਨੇ ਕਹਿ ਸਕਦੇ ਆਪਾਂ, ਕੀ ਅਮਾਊਂਟ ਕਹਿ ਸਕਦੇ ਹਾਂ? ਕੁਛ ਵੀ ਹੈ ਜੀ, ਦਮੜੀਆਂ ਜ਼ਿਆਦਾਤਰ ਦਮੜੀਆਂ ਕਹਿੰਦੇ ਸੀ, ਠਮਾਸਕੀਆਂ ਵੀ ਕਹਿ ਦਿੰਦੇ ਸੀਗੇ, ਇਹ ਜ਼ਿਆਦਾ ਪੁਰਾਣੀਆਂ ਚੀਜ਼ਾਂ ਦੇ ਬਸ ਦਮੜੀ ਅਤੇ ਠਮਾਸਕੀ ਦੇ ਨਾਂ ਨਾਲ ਹੀ ਮਸ਼ਹੂਰ ਹੁੰਦੀਆਂ ਸੀ ਇਹ। ਹਾਂਜੀ ਹਾਂਜੀ, ਜਿੱਥੇ ਤੱਕ ਮੈਂ ਸੁਣਿਆ ਕਲੈਕਟਰਾਂ ਤੋਂ ਵੀ ਜਿਹੜਾ ਮਲੇਰਕੋਟਲੇ ਰਿਆਸਤ ਦਾ ਸਿੱਕਾ ਤਾਂਬੇ ਦਾ ਸਿੱਕਾ ਵੀ 7 ਲੱਖ ਰੁਪਏ ਦਾ, ਤਾਂਬੇ ਦਾ ਵੀ ਉਹ ਮਿਲਦਾ ਨਹੀਂ, ਰੇਅਰ ਹੈ, ਹੋ ਸਕਦਾ ਇਹਨਾਂ ਵਿੱਚ ਪਿਆ ਵੀ ਹੋਵੇ। ਦੇਖੋ ਮੈਨੂੰ ਪੜ੍ਹਨਾ ਨਹੀਂ ਆਉਂਦਾ, ਬਹੁਤ ਲੋਕ ਮੰਗਦੇ ਨੇ, ਕੋਈ ਕਹਿੰਦਾ ਤਾਂਬੇ ਦੇ ਸਿੱਕੇ, ਕੋਈ ਤਾਂ ਕਹਿੰਦਾ 2000 ਦਾ ਦੇ ਦਿਓ, 3000 ਦਾ ਦੇ ਦਿਓ, ਉੱਥੇ ਮੇਰੀ ਸਰ 'ਤੇ ਇੱਕ ਹੋਰ ਹੁੰਦੀ ਹੈ, ਮੈਨੂੰ ਪਤਾ ਨਹੀਂ ਵੀ ਕਿਹੜਾ ਕੀਮਤੀ ਹੈ ਕਿਹੜਾ ਨਹੀਂ, ਜਿੰਨਾ ਚਿਰ ਆਪ ਨੂੰ ਪਤਾ ਹੀ ਨਹੀਂ ਫਿਰ ਆਪਾਂ ਇੱਦਾਂ ਦੇ ਵੀ ਨਹੀਂ ਸਕਦੇ ਚੀਜ਼ ਨੂੰ। ਨਮਸਕਾਰ, ਪੰਜਾਬ ਨਿਊਜ਼ ਨਾਲ ਜੁੜੇ ਹੋ ਤੁਸੀਂ ਅਤੇ ਮੈਂ ਹਰਦੀਪ ਸ਼ੇਰਪੁਰ ਤੁਹਾਡਾ ਸਵਾਗਤ ਕਰਦਾ, ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ, ਅੱਜ ਕੱਲ੍ਹ ਤਾਂ ਜੇਕਰ ਆਪਾਂ ਜ਼ਮਾਨੇ ਦੀ ਗੱਲ ਕਰ ਲਈਏ, ਅੱਜ ਕੱਲ੍ਹ ਅਕਸਰ ਕਹਿ ਦਿੱਤਾ ਜਾਂਦਾ ਹੈ, ਕਹਿੰਦੇ ਯਾਰ ਪੈਸੇ ਦੀ ਵੈਲਿਊ ਨਹੀਂ ਰਹਿ ਗਈ। ਜਿਹੜਾ ਸਮਾਂ ਆਪਾਂ ਇੱਕ ਛੋਟੇ ਹੁੰਦੇ, ਜੇਕਰ ਮੈਂ ਗੱਲ ਕਰਾਂ ਨਾ, ਮੈਨੂੰ ਨਾ ਮੇਰੇ ਡੈਡੀ ਹੁਣੇ ਗੱਲਾਂ ਸੁਣਾਉਂਦੇ ਹੁੰਦੇ ਸੀ, ਕਹਿੰਦੇ ਸਾਡੇ ਕੋਲ ਨਾ 4 ਆਨੇ ਹੋਣੇ, 4 ਆਨੇ ਜਾਂ 2 ਆਨੇ ਹੋਣੇ, ਸਾਰਾ ਮੇਲਾ ਦੇਖੇ ਹੋਣਾ, ਉਹਦੇ ਵਿੱਚੋਂ ਵੀ ਕਈ ਵਾਰ ਤਾਂ ਪੈਸੇ ਬਚ ਜਾਣੇ। ਪਰ ਅੱਜ ਕੱਲ੍ਹ ਦਾ ਦੌਰ ਤਾਂ ਅਜਿਹਾ ਆਇਆ ਪਿਆ ਮੇਰੇ ਖਿਆਲ ਨਾਲ, ਜੇਕਰ ਆਪਾਂ 1000 ਜਾਂ 2000 ਰੁਪਇਆ ਵੀ ਲੈ ਕੇ ਨਿਕਲ ਜਾਈਏ, ਮੇਰੇ ਖਿਆਲ ਨਾਲ ਉਹ ਵੀ ਕੰਮ ਘੱਟ ਪੈ ਜਾਂਦਾ। ਅੱਜ ਮੇਰੇ ਕੋਲ ਨਾ ਕੁਝ ਪੁਰਾਣੇ ਸਿੱਕੇ ਹੋਣਗੇ, ਦੋਸਤੋ ਤੁਹਾਡੀ ਟੀ ਵੀ ਸਕਰੀਨ ਦੇ ਉੱਤੇ ਸ਼ਾਰਟ ਵੀ ਚੱਲ ਰਹੇ ਹੋਣਗੇ, ਮੇਰੇ ਕੋਲ ਨਾ ਕੁਝ ਕੁ ਪੁਰਾਣੇ ਸਿੱਕੇ ਪਏ ਨੇ, ਤੁਹਾਡੀ ਨਿਗਾਹ ਦੇ ਵਿੱਚ ਐਂ ਲੱਗ ਰਿਹਾ ਹੋਊਗਾ ਵੀ ਯਾਰ ਇਹ ਤਾਂ ਯਾਰ ਕਵਾਰ ਜਿਹਾ ਪਿਆ ਮੇਰੇ ਕੋਲ, ਜਾਂ ਫਿਰ ਕਹਿ ਸਕਦੇ ਹਾਂਗੇ ਜਿਵੇਂ ਹੁੰਦੇ ਨੇ ਇੱਕ ਉਹ ਰੋੜੇ ਖੇਡਦੇ ਹੁੰਦੇ ਸੀਗੇ ਪਿੱਛੇ ਜੇ ਕੁੜੀਆਂ, ਵੀ ਰੋੜੇ ਪਏ ਨੇਗੇ ਇਹ। ਪਰ ਅਸਲ ਦੇ ਵਿੱਚ ਇਹ ਸਿੱਕਿਆਂ ਦੀ ਵੈਲਿਊ ਬੜੀ ਜ਼ਿਆਦਾ ਹੈਗੀ, ਕਿਉਂਕਿ ਇਹ ਪੁਰਾਤਨ ਸਿੱਕੇ ਨੇ, ਜਾਂ ਫਿਰ ਕਹਿ ਸਕਦੇ ਕਿ ਪੁਰਾਤਨ ਇਤਿਹਾਸ ਕਹਿ ਸਕਦੇ ਹੈਗੇ ਆਪਾਂ। ਇਹਨਾਂ ਬਾਰੇ ਮੈਨੂੰ ਤਾਂ ਨਹੀਂ ਜ਼ਿਆਦਾ ਪਤਾ, ਪਰ ਅੱਜ ਸਾਨੂੰ ਇਹਨਾਂ ਬਾਰੇ ਗਿਆਨ ਜ਼ਰੂਰ ਦੇਵਾਂਗੇ, ਨੌਲੇਜ ਜ਼ਰੂਰ ਦੇਵਾਂਗੇ ਵੀ ਕਿਹੜੇ ਕਿਹੜੇ ਕਾਲ ਦੇ ਸਿੱਕੇ ਨੇ ਜਾਂ ਫਿਰ ਕਿੰਨੇ ਕੁ ਪੁਰਾਣੇ ਨੇ ਅਤੇ ਇਹਨਾਂ ਦੀ ਵੈਲਿਊ ਕੀ ਹੈ। ਕਿਉਂਕਿ ਵੈਸੇ ਤਾਂ ਜੇਕਰ ਮੈਂ ਦੇਖ ਲਾ, ਇੱਕ ਮੈਨੂੰ ਆਹ ਰੋੜਾ ਲੱਗ ਰਿਹਾ ਇੱਕ ਤਰ੍ਹਾਂ ਦਾ, ਤੁਹਾਨੂੰ ਵੀ ਲੱਗ ਰਿਹਾ ਹੋਣਾ ਵੀ ਹੱਥ ਦੇ ਵਿੱਚ ਰੋੜਾ ਚੱਕਿਆ ਹੈ, ਪਰ ਮੇਰੇ ਖਿਆਲ ਨਾਲ ਇਹਦੀ ਕੀਮਤ ਬੜੀ ਜ਼ਿਆਦਾ ਹੋ ਸਕਦੀ ਹੈ। ਅਤੇ ਇਹ ਚੀਜ਼ਾਂ 'ਤੇ ਚਾਨਣਾ ਪਾਉਣਗੇ ਸਾਡਾ ਬਲਕਾਰ ਸਿੰਘ ਹੰਸ ਜੀ ਮੌਜੂਦ ਨੇਗੇ, ਪਹਿਲਾਂ ਵੀ ਕਈ ਵੀਡੀਓ ਦੇ ਜ਼ਰੀਏ ਤੁਹਾਡੇ ਸਨਮੁਖ ਕੀਤਾ ਇਹਨਾਂ ਦੇ ਨਾਲ, ਕਈ ਪੁਰਾਣੀਆਂ ਚੀਜ਼ਾਂ ਦੇ ਨਾਲ ਤੁਹਾਨੂੰ ਇੰਟਰੋਡਿਊਸ ਕਰਾਇਆ, ਅਤੇ ਅੱਜ ਵੀ ਇਹ ਪੁਰਾਣੇ ਸਿੱਕਿਆਂ ਦੇ ਨਾਲ ਜਾਣੂ ਕਰਾਵਾਂਗੇ ਕਿੰਨੇ ਕੁ ਪੁਰਾਣੇ ਸਿੱਕੇ ਨੇ, ਕਿੱਥੋਂ ਕਲੈਕਟ ਹੋਏ ਨੇ, ਜਾਂ ਫਿਰ ਕਿੰਨੀ ਕਿੰਨਾਂ ਦੀ ਵੈਲਿਊ ਹੈ। ਬਲਕਾਰ ਸਿੰਘ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਪੰਜਾਬ ਨੂੰ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਜੀ ਬਲਕਾਰ ਜੀ, ਜਿਵੇਂ ਪਹਿਲਾਂ ਵੀ ਮੈਂ ਕਿਹਾ ਨਾ ਕਿ ਇੱਕ ਸਮਾਂ ਹੁੰਦਾ ਸੀਗਾ ਆਪਣੇ ਦਾਦੇ ਪੜਦਾਦਿਆਂ ਵਾਲਾ, ਵੀ 2 ਆਨੇ ਲੈ ਕੇ ਜਾਣੇ ਮੇਲੇ ਦੇ ਵਿੱਚ, ਸਾਰਾ ਮੇਲਾ ਘੁੰਮ ਲੈਣਾ, ਖਾ ਪੀ ਲੈਣਾ, ਝੂਟੇ ਵੀ ਲੈ ਲੈਣੇ, ਉਸ ਤੋਂ ਬਾਅਦ ਮੈਂ ਕਹਿੰਦਾ 2 ਆਨੇ 'ਚੋਂ ਵੀ ਕੁਝ ਕੁ ਪੈਸੇ ਬਚ ਜਾਣੇ।
ਤੁਹਾਨੂੰ ਚਿੱਟ ਕਿੱਥੋਂ ਲੱਗੀ ਸਿੱਕਿਆਂ ਦੀ? ਕਿਉਂਕਿ ਇਹ ਜਿਹੜਾ ਸ਼ੌਂਕ ਹੈ ਹਰ ਕੋਈ ਨਹੀਂ ਰੱਖ ਸਕਦਾ ਨਾ, ਕਿਉਂਕਿ ਮਹਿੰਗਾ ਸ਼ੌਂਕ ਕਹਿ ਸਕਦੇ ਹਾਂ ਆਪਾਂ, ਤੁਹਾਨੂੰ ਚਿੱਟ ਕਿਹਦੀ ਕਿੱਥੋਂ ਲੱਗੀ? ਘਰ ਦੇ ਵਿੱਚ ਸਿੱਕੇ ਕਾਫੀ ਪਏ ਸੀ ਸਾਡੀ ਮਾਤਾ ਕੋਲ, ਅਤੇ ਸਾਡੇ ਜਿਹੜਾ ਪਰਿਵਾਰ ਸੀਗਾ ਪਹਿਲਾਂ ਸਾਡਾ ਸਾਧਾਂ ਦਾ ਪਰਿਵਾਰ ਵੱਜਦਾ, ਅਤੇ ਸਾਡੇ ਕੋਲ ਪਿੱਤਲ ਤਾਂਬੇ ਦੇ ਭਾਂਡੇ ਬਹੁਤ ਸੀਗੇ, ਅਤੇ ਜਿਹੜੇ ਸਿੱਕੇ ਸੀ ਇੱਦਾਂ ਦੇ ਤਾਂਬੇ ਦੇ ਚਾਂਦੀ ਦੇ ਉਹ ਵੀ ਬਹੁਤ ਪਏ ਸੀਗੇ। ਜਦੋਂ ਸਾਡੇ ਭਰਾਵਾਂ ਦੀ ਵੰਡ ਹੋਈ ਹੈ ਉਦੋਂ ਮੈਨੂੰ 28 ਕਿਲੋ ਸਿੱਕੇ ਮਾਤਾ ਨੇ ਤੋਲ ਕੇ ਦਿੱਤੇ ਸੀ ਤੱਕੜੀ ਨਾਲ, ਸਾਰੇ ਭਰਾਵਾਂ ਨੂੰ ਤਿੰਨਾਂ ਨੂੰ ਬਰਾਬਰ ਬਿਠਾ ਕੇ ਸਾਨੂੰ ਵੰਡ ਕੇ ਦਿੱਤੇ 28 ਕਿਲੋ 28 ਕਿਲੋ, ਅਤੇ 28 ਕਿਲੋ ਉਹਨਾਂ ਨੇ ਆਪਦਾ ਹਿੱਸਾ ਵੀ ਰੱਖ ਲਿਆ ਸੀ ਵਿੱਚ। ਪਰ ਉਹ ਦੇਖੋ ਆਮ ਤਾਂ ਕਹਾਵਤ ਹੈ ਵੀ ਮਾਂ ਜਦੋਂ ਕੋਈ ਬੱਚੇ ਨਾਲ ਹੁੰਦੇ ਨੇ ਨਾ ਮਾਤਾ ਪਿਤਾ ਦੇ, ਜਿਵੇਂ ਕਹਿੰਦੇ ਅੱਡ ਹੋ ਗਏ ਇੱਕ ਨਾਲ ਰਹਿ ਜਾਂਦਾ ਕੋਈ ਨਾ ਕੋਈ, ਮੈਂ ਨਾਲ ਰਹਿ ਗਿਆ। ਮੈਨੂੰ ਆਮ ਲੋਕਾਂ ਦੀ ਕਹਾਵਤ ਹੈ ਵੀ ਮਾਂ ਪਿਓ ਮੇਰੇ ਨਾਲ ਨੇ, ਪਰ ਮੈਂ ਜਿੰਨਾ ਚਿਰ ਮਾਤਾ ਪਿਤਾ ਜਿਉਂਦੇ ਰਹੇ ਨੇ ਮੇਰੀ, ਮੈਂ ਇਹੀ ਕਹਿੰਦਾ ਰਿਹਾ ਵੀ ਮੈਂ ਮਾਤਾ ਪਿਤਾ ਨਾਲ ਹਾਂ। ਅੱਛਾ, ਮਾਤਾ ਪਿਤਾ ਮੇਰੇ ਨਾਲ ਨਹੀਂ, ਮਾਤਾ ਪਿਤਾ ਨਾਲ ਮੈਂ ਹਾਂ। ਅਤੇ ਉਹ ਮਾਤਾ ਪਿਤਾ ਨੇ ਮੈਨੂੰ ਜਿਹੜੀ ਦੀ ਇਹ ਸਿੱਕੇ ਦਿੱਤੇ ਸੀ। ਹਾਂਜੀ, ਫਿਰ ਜਿਵੇਂ ਤੁਸੀਂ ਦੱਸਿਆ ਵੀ ਜਦੋਂ ਮਤਲਬ ਭਰਾਵਾਂ ਦੇ ਅੱਡ ਹੋਏ ਤਾਂ 28 ਕਿਲੋ ਆਏ, ਫਿਰ 28 ਉਦੋਂ ਕਾਊਂਟਿੰਗ ਨਹੀਂ ਚੱਲਦੀ ਹੁੰਦੀ ਕੋਈ? ਅੱਜ ਕੱਲ੍ਹ ਤਾਂ ਮੈਂ ਕਹਿੰਦਾ ਜੇਕਰ ਅੱਜ ਕੱਲ੍ਹ ਵੰਡ ਦੀ ਜੇਕਰ ਗੱਲ ਕਰੀ ਜਿਵੇਂ ਫਿਲਮਾਂ 'ਚ ਆਪਾਂ ਦੇਖਦੇ ਹਾਂਗੇ ਗਿਣਤੀ ਕਾਊਂਟਿੰਗ ਹੁੰਦੀ ਆ ਉਹ ਚੀਜ਼ਾਂ ਦੀ, ਮੈਂ ਕਹਿੰਦਾ ਤੋਲ ਕੇ ਕੋਈ ਨਹੀਂ ਦਿੰਦਾ। ਕਾਊਂਟਿੰਗ ਵਾਲਾ ਸਿਸਟਮ ਹੀ ਨਹੀਂ ਰਿਹਾ ਸੀ ਨਾ ਇਹ, ਕਾਊਂਟਿੰਗ ਤਾਂ ਹੁੰਦੀ ਜੇ ਇਹ ਕੋਈ ਨੋਟ ਹੁੰਦੇ ਜਾਂ ਚਾਂਦੀ ਦੇ ਰੁਪਈਏ ਹੁੰਦੇ ਫਿਰ ਤਾਂ ਗਿਣ ਕੇ ਦੇ ਦਿੰਦੇ, ਅਤੇ ਪਰ ਚਾਂਦੀ ਦੇ ਵੀ ਜੇ ਜ਼ਿਆਦਾ ਕੁਆਂਟਿਟੀ 'ਚ ਹੁੰਦੇ ਫਿਰ ਸਾਨੂੰ ਤੋਲ ਕੇ ਸ਼ਾਇਦ ਉਹ ਵੀ ਦੇ ਦਿੰਦੇ, ਪਰ ਚਾਂਦੀ ਦੇ ਰੁਪਈਏ ਥੋੜ੍ਹੇ ਸੀਗੇ। ਉਹ ਸਿਸਟਰ ਦਾ ਵਿਆਹ ਕੀਤਾ ਸੀਗਾ 40 ਕੁ ਸਾਲ ਪਹਿਲਾਂ, ਉਦੋਂ ਕਾਫੀ ਜਾਣੀ ਦੀ ਉਦੋਂ ਉਹ ਹੋ ਗਏ ਸੀ ਦਿੱਤੇ ਗਏ, ਪਰ ਫਿਰ ਵੀ ਮੈਨੂੰ ਉਹ 25-26 ਸਿੱਕੇ ਚਾਂਦੀ ਦੇ ਦਿੱਤੇ ਸੀਗੇ, ਗਿਣ ਕੇ ਦਿੱਤੇ ਸੀ ਉਹ ਅਲੱਗ ਅਲੱਗ ਗਿਣ ਲਏ ਸੀ ਪੂਰੇ। ਹਾਂ, ਉਹ ਅੱਡ ਸੀਗੇ 28 ਕਿਲੋ ਇਹ ਦਿੱਤੇ ਸੀ, ਪਰ ਮੈਨੂੰ 57 ਕਿਲੋ ਆ ਗਏ ਸੀਗੇ ਕਿਉਂ ਮੈਂ ਨਾਲ ਹੋਣ ਕਰਕੇ ਉਹ ਜਿਹੜਾ ਉਹਨਾਂ ਹਿੱਸਾ ਸੀ ਉਹ ਵੀ ਮੇਰੇ ਕੋਲ ਰਹਿ ਗਿਆ। ਹਾਂਜੀ ਹਾਂਜੀ, ਉਹਦੀ ਪਹਿਚਾਣ ਕਿੱਥੋਂ ਹੋਈ? ਜਿਵੇਂ ਤੁਸੀਂ ਦੱਸਿਆ ਆਪਾਂ ਆਫ ਰੈਕਟ ਗੱਲ ਕਰ ਰਹੇ, ਤੁਸੀਂ ਕਹਿ ਰਹੇ ਸੀ ਪਹਿਲਾਂ ਤਾਂ ਯਾਰ ਮੈਨੂੰ ਐਂ ਲੱਗਦਾ ਸੀਗਾ ਵੀ ਇਹ ਬੋਝ ਜਾਂ ਕੀ ਦਿੱਤਾ ਮੈਨੂੰ, ਹੈ ਨਾ ਵੀ ਇੱਕ ਸਾਈਡ ਪਿਆ ਰਹਿੰਦਾ ਸੀਗਾ, ਅਸਲ ਵੈਲਿਊ ਪਤਾ ਕਦੋਂ ਲੱਗੀ ਸਿੱਕਿਆਂ 'ਚ ਤੁਹਾਨੂੰ? ਉਦੋਂ ਤਾਂ ਕੋਈ ਵੈਲਿਊ ਨਹੀਂ ਸੀ, ਉਦੋਂ ਤਾਂ ਬਸ ਸਿਰਫ ਇਹੀ ਸੋਚਿਆ ਸੀ ਵੀ ਇਹ ਤਾਂਬਾ ਸਾਨੂੰ 28 ਕਿਲੋ ਤਾਂਬਾ ਅੱਡ ਦੇਤਾ, ਕਿਸੇ ਟਾਈਮ ਇਹਨਾਂ ਨੂੰ ਵਟਾ ਕੇ ਭਾਂਡੇ ਲਿਆ ਸਕਦੇ ਹਾਂ ਜਾਂ ਕੋਈ ਹੋਰ ਚੀਜ਼ ਲਿਆ ਸਕਦੇ ਹਾਂ ਜਾਂ ਰਸੋਈ ਦਾ ਸਮਾਨ ਜਿਵੇਂ ਭਾਂਡਿਆਂ ਵਗੈਰਾ ਦੀ ਇੱਦਾਂ ਦੀਆਂ ਆਈਟਮਾਂ ਹੁੰਦੀਆਂ ਨੇ, ਬਸ ਇੱਥੇ ਤੱਕ ਹੀ ਦਿਮਾਗ ਸੀਗਾ ਇਹੀ ਸੋਚਿਆ ਹੋਇਆ ਸੀਗਾ, ਅਤੇ ਹੋਇਆ ਵੀ ਇੱਦਾਂ ਹੀ ਸੀਗਾ। ਮੈਂ ਘਰ ਬਣਾਇਆ ਸੀ ਸੰਗਰੂਰ, ਉਦੋਂ ਰਸੋਈ ਦਾ ਸਾਰਾ ਸਿਸਟਮ ਨਵਾਂ ਕਰਨਾ ਸੀ ਤਿਆਰ, ਉਦੋਂ ਫਿਰ ਮੈਂ ਸਾਰਾ ਸਮਾਨ ਉਹ ਭਾਂਡੇ ਵਾਲੇ ਨੂੰ ਦੇਤਾ ਸੀ, ਵੇਚਦਾ ਸੀ ਸਿੱਕੇ ਦੇਤੇ ਸੀ, ਥੋੜ੍ਹੇ ਜਿਹੇ ਰੱਖ ਲਏ ਸੀਗੇ, ਅਤੇ ਉਹ ਪਏ ਰਹੇ ਕਾਫੀ ਸਾਲ। ਉਦੋਂ 150 ਰੁਪਏ ਕਿਲੋ ਖਰੀਦੇ ਉਹਨੇ, ਉਹ ਮੈਂ ਉਹ ਬੰਦੇ ਕੋਲ ਜਦੋਂ ਮੈਨੂੰ ਪਤਾ ਲੱਗਿਆ ਵੀ ਇਹਨਾਂ ਦੀ ਬਹੁਤ ਕੀਮਤ ਹੈ, ਇਹ ਤਾਂ ਰੇਅਰ ਚੀਜ਼ਾਂ ਨੇ, ਇਹ ਕਿਸੇ ਵੀ ਭਾਅ ਮਿਲਦੀਆਂ ਨਹੀਂ, ਅਤੇ ਫਿਰ ਮੈਂ ਇੱਕ ਅਖਬਾਰ 'ਚ ਦੇਖਿਆ ਪੜ੍ਹਿਆ ਸੀਗਾ ਉਹਨਾਂ ਨੇ ਥੋੜ੍ਹੇ ਜਿਹੇ ਸਿੱਕੇ ਰੱਖ ਕੇ ਕਾਫੀ ਵੱਡਾ ਲੇਖ ਲਿਖਿਆ ਹੋਇਆ ਸੀਗਾ, ਅਤੇ ਮੇਰੇ ਦਿਮਾਗ 'ਚ ਗਿਆ ਮੈਂ ਮੇਰੇ ਕੋਲ ਤਾਂ ਖਜ਼ਾਨਾ ਹੀ ਬਹੁਤ ਸੀ ਮੈਂ ਤਾਂ ਖਰਾਬ ਕਰ ਲਿਆ, ਅਤੇ ਫਿਰ ਮੈਂ ਲੱਭਣੇ ਸ਼ੁਰੂ ਕੀਤੇ, ਉਦੋਂ ਮਿਲੇ ਨਹੀਂ, ਬਸ ਫਿਰ ਆਪਦੇ ਵਾਲੀ ਮਸਾਂ ਲੱਭੇ ਘਰੋਂ ਪਹਿਲਾਂ ਤਾਂ ਇੰਨੇ ਸਾਲਾਂ ਦੇ ਪੈਸੇ ਸੀ ਰੱਖੇ, ਪਤਾ ਨਹੀਂ ਲੱਗਦਾ ਹੁਣ ਮਾਈਆਂ ਕਿਹੜੀ ਅਲਮਾਰੀ 'ਚ ਜਾਂ ਕਿਹੜੀ ਪੇਟੀ 'ਚ ਰੱਖ ਦਿੰਦੇ ਆ। ਬਿਲਕੁਲ ਜੀ ਬਿਲਕੁਲ, ਬਹੁਤ ਔਖੇ ਆਪ ਨੂੰ ਲੱਭੇ ਫਿਰ ਇਹਨਾਂ ਨੂੰ ਸੰਭਾਲ ਕੇ ਰੱਖਿਆ, ਅਤੇ ਇਹਨਾਂ ਵਾਸਤੇ ਸਪੈਸ਼ਲ ਡੱਬਾ ਵੀ ਲਾਇਆ, ਫਿਰ ਫਿਰ ਚਲੋ ਕਬੀਲਦਾਰੀ ਚੁਲਝੇ ਰਹੇ ਵਿੱਚ ਦੀ ਸੌਂਕ ਦੱਬ ਗਿਆ ਥੋੜ੍ਹਾ ਜਿਹਾ, ਅਤੇ 2011 ਤੋਂ ਬਾਅਦ ਫਿਰ ਇਹ ਮਤਲਬ ਕਿ ਹਾਂ ਇਹ ਸੰਜੀਵ ਹੋਇਆ ਜਿਹੜਾ ਸੌਂਕ ਸੀਗਾ, ਫਿਰ ਉਸ ਤੋਂ ਬਾਅਦ ਚੱਲ ਸੋ ਚੱਲ ਅੱਜ ਤੱਕ ਕੋਈ ਚੀਜ਼ ਛੱਡੀ ਨਹੀਂ, ਜਿਹੜੀ ਵੀ ਪੁਰਾਣੀ ਮਿਲ ਗਈ ਇਤਿਹਾਸਕ ਉਹ ਸਾਰੀ ਇਕੱਠੀ ਕਰ ਲਈ। ਸਿੱਕਿਆਂ 'ਤੇ ਆਉਂਦੇ ਹਾਂ ਜੀ ਹੁਣ ਆਪਾਂ, ਵੈਸੇ ਤਾਂ ਨਾ ਜਿਵੇਂ ਦੋਸਤੋ ਤੁਸੀਂ ਦੇਖ ਸਕਦੇ ਤੁਹਾਡੀ ਟੀ ਵੀ ਸਕਰੀਨ 'ਤੇ ਸ਼ਾਰਟ ਵੀ ਚੱਲ ਰਹੇ ਹੋਣਗੇ, ਕਈ ਪ੍ਰਕਾਰ ਦੇ ਸਿੱਕੇ ਪਏ ਨੇਗੇ। ਜਿਵੇਂ ਹਾਂ ਸਾਹਿਬ ਜੇਕਰ ਆਪਾਂ ਗੱਲ ਕਰ ਲਈਏ, ਹੈ ਨਾ, ਜਿਵੇਂ ਮੇਰੇ ਕੋਲ ਇੱਥੇ ਇੱਕ ਆਹ ਸਿੱਕਾ ਪਿਆ, ਮੈਨੂੰ ਵੈਸੇ ਦੇਖਣ ਨੂੰ ਦੋਸਤ ਵੀ ਦੇਖ ਰਹੇ ਹੋਣਗੇ, ਇਹਦੇ ਉੱਤੇ ਕੋਈ ਕੋਈ ਇੰਡੀਕੇਸ਼ਨ ਨਹੀਂ ਕਿਸੇ ਤਰ੍ਹਾਂ ਦਾ, ਕੋਈ ਇਹਦੇ 'ਤੇ ਕੋਈ ਮਾਰਕਾ ਨਹੀਂ ਲੱਗਿਆ ਹੋਇਆ, ਇਹ ਕੀ ਕਹਿ ਸਕਦੇ ਹਾਂ ਇਹਨੂੰ ਆਪਾਂ? ਇਹ ਬਹੁਤ ਪੁਰਾਣੇ ਸਿੱਕੇ ਨੇ, ਦਮੜੀ ਕਹਿੰਦੇ ਸੀ ਵੈਸੇ ਜ਼ਿਆਦਾਤਰ ਇਹਨੂੰ ਦਮੜੀ ਜੀ, ਅਤੇ ਇਹ ਚੱਲੀਆਂ ਜ਼ਿਆਦਾ ਇੰਨੀਆਂ ਜ਼ਿਆਦਾ ਨੇ, ਚੱਲ ਚੱਲ ਕੇ ਘਸ ਗਈਆਂ। ਅੱਛਾ ਜੀ, ਕਿਉਂ? ਤਾਂਬਾ ਸੀਗਾ, ਤਾਂਬਾ ਵੀ ਉਸੇ ਰੇਟ ਹੁੰਦਾ ਸੀ ਜਿਹੜਾ ਸਿਸਟਮ ਸੀਗਾ, ਸਿੱਕਾ ਉਸੇ ਰੇਟ 'ਚ ਚੱਲਦਾ ਸੀਗਾ, ਇਹਨੂੰ ਹੁਣ ਵੀ ਜਿੰਨਾ ਚਿਰ ਚੱਲੇ ਨੇ ਇਹ, ਜਿੰਨਾ ਚਿਰ ਇਹਨਾਂ ਦਾ ਦੌਰ ਰਿਹਾ ਉਹਨਾਂ ਚਿਰ ਇਹ ਉਸੇ ਭਾਅ 'ਚ ਚੱਲੇ ਨੇ, ਭਾਵੇਂ ਘਸੇ ਹੋਈ ਸੀ ਉਸੇ ਭਾਅ 'ਚ ਚੱਲੇ। ਇਹ ਨਹੀਂ ਹੈਗਾ ਵੀ ਜੇ ਹੁਣ ਅੱਜ ਕੱਲ੍ਹ ਤੁਸੀਂ 1 ਰੁਪਏ ਦਾ ਨੋਟ ਲੈ ਜਾਓ ਉਹਨੂੰ ਘਸਾ ਕੇ ਲੈ ਜਾਓ, ਕਿਸੇ ਦੁਕਾਨਦਾਰ ਨੇ ਨਹੀਂ ਲੈਣਾ, ਪਰ ਇਹ ਚੀਜ਼ਾਂ ਇੱਦਾਂ ਦੀਆਂ ਸੀਗੀਆਂ
ਵੀ ਉਦੋਂ ਵੀ ਚੱਲੀ ਜਾਂਦੀਆਂ ਸੀ ਹਾਂਜੀ ਹਾਂਜੀ ਜੇਕਰ ਦੇਖ ਲਈਏ ਆਪਾਂ ਕਿੰਨੇ ਕੁ ਸੌ ਸਾਲ ਪੁਰਾਣੇ ਹੋਣਗੇ ਹੈ ਨਾ ਕਿਉਂਕਿ ਜੇਕਰ ਆਪਾਂ ਚਲੋ ਗੱਲ ਕਰੀਏ ਵੈਸੇ ਤੁਸੀਂ ਦੱਸਿਆ ਸੀਗਾ ਕੋਈ ਵਰਾਇਟੀ ਅਜਿਹੀ ਹੈ ਹੀ ਨਹੀਂ ਤੁਹਾਡੇ ਕੋਲ ਨਾ ਹੋਵੇ ਹੈ ਨਾ ਪਰ ਫਿਰ ਵੀ ਆਪਾਂ ਗੱਲ ਕਰ ਲਈਏ ਸਭ ਤੋਂ ਜ਼ਿਆਦਾ ਪੁਰਾਣੀ ਕਿਹੜੀ ਕਲੈਕਸ਼ਨ ਹੋ ਗਈ ਯਾਰ ਵੀ ਉਹ ਇੰਨੇ ਸੌ ਸਾਲ ਪੁਰਾਣੀ ਰਹੀ ਹੈ ਵੀ ਸਭ ਤੋਂ ਜ਼ਿਆਦਾ ਮੇਰੇ ਕੋਲ ਪੁਰਾਣੀ ਉਹੀ ਚੀਜ਼ ਹੈ ਨਹੀਂ ਸਿੱਕਿਆਂ ਦੀ ਜੇ ਆਪਾਂ ਗੱਲ ਕਰ ਰਹੇ ਹਾਂ ਤਾਂ ਸਿੱਕਿਆਂ ਦੇ ਵਿੱਚ ਸਾਰਿਆਂ ਪੁਰਾਣੇ ਸਿੱਕੇ ਬਹੁਤ ਨੇ ਮੈਨੂੰ ਵੀ ਪੂਰਾ ਇਹਨਾਂ ਬਾਰੇ ਜਾਣਕਾਰੀ ਹੈ ਨਹੀਂ ਦੇਖੋ ਇਹ ਅੱਜ ਕੱਲ੍ਹ ਦੇ ਤਾਂ ਹੈ ਨਹੀਂ ਜਾਂ 100-200 ਸਾਲ ਪੁਰਾਣੇ ਤਾਂ ਹੈ ਨਹੀਂ ਉੱਥੇ ਤੱਕ ਤਾਂ ਕੋਈ ਨਾ ਕੋਈ ਆਪਾਂ ਨੂੰ ਸੁਰਾਗ ਮਿਲਿਆ ਰਹਿੰਦਾ ਪਰ ਕਾਫੀ ਕਲੈਕਟਰਾਂ ਨਾਲ ਗੱਲ ਹੋਈ ਹੈ ਕਾਫੀਆਂ ਨੇ ਮੰਗੇ ਵੀ ਨੇ ਮੇਰੇ ਤੋਂ ਅਤੇ ਉਹ ਮੈਂ ਜਿਹੜੇ ਕਲੈਕਸ਼ਨ 'ਚ ਰੱਖੇ ਉਹਦਾ ਨਹੀਂ ਦਿੱਤੇ ਜਿਹੜੇ ਡਬਲ ਡਬਲ ਜਾਂ ਮੇਰੇ ਕੋਲ 4-4 ਪੀਸ ਇੱਕ ਨਾਲ ਦੇ ਹੋ ਗਏ ਜੀ ਉਹ ਦੇ ਵੀ ਦਿੰਦਾ ਸੀਗਾ ਪਰ ਜਦ ਤੱਕ ਮੈਂ ਸੁਣਿਆ ਕਲੈਕਟਰਾਂ ਕੋਲੋਂ ਵੀ ਇਹ 1700 ਸਾਲ ਪੁਰਾਣੇ ਤੱਕ ਸਿੱਕੇ ਮੇਰੇ ਕੋਲ ਇਸ ਟਾਈਮ ਪਏ ਨੇ 1700 ਸਾਲ ਕੇ ਹਾਂਜੀ 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 ਕੀ ਬਾਤ ਹੈ ਜਿਵੇਂ ਹਾਂ ਸਾਹਿਬ ਜੇਕਰ ਗੱਲ ਕਰੀਏ ਨਾ ਜਿਵੇਂ ਮੇਰੇ ਕੋਲ ਆ ਦੋਸਤੋ ਕੁਝ ਕੁ ਪਏ ਨੇ ਸਿੱਕੇ ਪਏ ਨੇਗੇ ਇਹਨਾਂ ਦੇ ਉੱਤੇ ਕੋਈ ਭਾਸ਼ਾ ਲਿਖੀ ਹੋਈ ਹੈ ਉਰਦੂ ਕਹਿ ਸਕਦੇ ਹਾਂ ਕਿਹੜੀ ਚੀਜ਼ ਹੈ ਜੀ ਫਾਰਸੀ ਵੀ ਲਿਖੀ ਹੈ ਉਰਦੂ ਵੀ ਲਿਖੀ ਹੈ ਹੋਰ ਭਾਸ਼ਾ ਕਾਫੀ ਲਿਖੀਆਂ ਹੋਈਆਂ ਨੇ ਇਹਨਾਂ ਦੇ ਜੀ ਪੁਰਾਣੀਆਂ ਜਿਵੇਂ ਫਿਰ ਤੋਂ ਦੁਬਾਰੇ ਫਿਰ ਤੋਂ ਮੇਰਾ ਉਹੀ ਸਵਾਲ ਆਊਗਾ ਨਾ ਤੁਸੀਂ ਜਿਵੇਂ ਦੱਸਿਆ ਵੀ ਪਹਿਲਾਂ ਤੁਹਾਨੂੰ ਪਤਾ ਨਹੀਂ ਸੀ ਇਹਦੀ ਵੈਲਿਊ ਦਾ ਜਿਵੇਂ ਹੁਣ ਇਹ ਕਲੈਕਟ ਕਰ ਲਏ ਇਹਦੇ ਵਿੱਚ ਤੁਸੀਂ ਤੁਹਾਨੂੰ ਪਤਾ ਲੱਗ ਰਿਹਾ ਵੀ ਉਰਦੂ ਵੀ ਲਿਖੀ ਹੈ ਭਾਈ ਫਾਰਸੀ ਵੀ ਲੱਗੀ ਹੈ ਤੁਹਾਨੂੰ ਇਹ ਚੀਜ਼ਾਂ ਦਾ ਗਿਆਨ ਕਿੱਥੋਂ ਹੋਇਆ ਤੁਸੀਂ ਇਹ ਚੀਜ਼ਾਂ ਦਾ ਜਿਹੜਾ ਗਿਆਨ ਕਿੱਥੋਂ ਇਕੱਤਰ ਕੀਤਾ ਇਹ ਦੇਖੋ ਜਦੋਂ ਜਿਹੜੀ ਲੈਣ ਦੇ ਵਿੱਚ ਆਪਾਂ ਪੈ ਜਾਂਦੇ ਹਾਂ ਉਦਾਂ ਦੇ ਫਿਰ ਲੋਕ ਮਿਲਣੇ ਸ਼ੁਰੂ ਹੋ ਜਾਂਦੇ ਨੇ ਜੀ ਅੱਗੇ ਉਹਨਾਂ ਤੋਂ ਫਿਰ ਇੱਕ ਦੂਜੇ ਤੋਂ ਜਾਣਕਾਰੀ ਮਿਲੀ ਜਾਂਦੀ ਹੈ ਕਿਸੇ ਨੂੰ ਜਾਣਕਾਰੀ ਦੇ ਵੀ ਦਿੰਦੇ ਹਾਂ ਜਿੰਨੀ ਕੁ ਆਪ ਨੂੰ ਹੁੰਦੀ ਹੈ ਕਈਆਂ ਤੋਂ ਜਾਣਕਾਰੀ ਲਈ ਦੀ ਵੀ ਹੈ ਸਿੱਖਣ ਦੀ ਕੋਈ ਉਮਰ ਵੀ ਨਹੀਂ ਹੁੰਦੀ ਜਿਵੇਂ ਕਹਿੰਦੇ ਨੇ ਅਤੇ ਮੈਨੂੰ ਕਦੇ ਵੀ ਕਿਸੇ ਕੋਲੋਂ ਵੀ ਸਿੱਖਣ ਨੂੰ ਕੁਛ ਮਿਲਿਆ ਮੈਂ ਕਦੇ ਸ਼ਰਮ ਨਹੀਂ ਮੰਨੀ ਮੈਂ ਸਿੱਖਿਆ ਠੀਕ ਹੈ ਇਹ ਨਹੀਂ ਕਿਹਾ ਵੀ ਮੈਨੂੰ ਸਾਰਾ ਕੁਛ ਪਤਾ ਦਮੜੇ ਦੀ ਗੱਲ ਕਰ ਲਈ ਇੱਕ ਪੈਸੇ ਦੀ ਗੱਲ ਕਰ ਲਈ ਕਾਨੇ ਦੀ ਗੱਲ ਕਰ ਲਈਏ ਇਹ ਇਹਨੂੰ ਕਿੰਨੇ ਕਹਿ ਸਕਦੇ ਆਪਾਂ ਕੀ ਅਮਾਊਂਟ ਕਹਿ ਸਕਦੇ ਹਾਂ ਕੁਛ ਵੀ ਹੈ ਜੀ ਦਮੜੀਆਂ ਜ਼ਿਆਦਾਤਰ ਦਮੜੀਆਂ ਕਹਿੰਦੇ ਸੀ ਠਮਾਸਕੀਆਂ ਵੀ ਕਹਿ ਦਿੰਦੇ ਸੀਗੇ ਇਹ ਜ਼ਿਆਦਾ ਪੁਰਾਣੀਆਂ ਚੀਜ਼ਾਂ ਦੇ ਬਸ ਦਮੜੀ ਅਤੇ ਠਮਾਸਕੀ ਦੇ ਨਾਂ ਨਾਲ ਹੀ ਮਸ਼ਹੂਰ ਹੁੰਦੀਆਂ ਸੀ ਇਹ ਹਾਂਜੀ ਹਾਂਜੀ ਸੋ ਦੋਸਤੋ ਅੱਜ ਨਾ ਹਾਂ ਸਾਹਿਬ ਕੋਲ ਅਸੀਂ ਸਪੈਸ਼ਲ ਆਏ ਹਾਂਗੇ ਅੱਜ ਦਰਅਸਲ ਮੈਂ ਗੁਜ਼ਰ ਰਿਹਾ ਸੀ ਧੂਰੀ ਦੇ ਵਿੱਚੋਂ ਅਤੇ ਜਾਂਦੇ ਜਾਂਦੇ ਮੈਂ ਹਾਂ ਸਾਹਿਬ ਨੂੰ ਕਾਲ ਕਰ ਲਈ ਅਤੇ ਮੈਂ ਕਿਹਾ ਸਰ ਕੁਝ ਨਵੀਂ ਚੀਜ਼ ਆਈ ਹੈਗੀ ਜਿਹੜੀ ਆਪਾਂ ਦਰਸ਼ਕਾਂ ਦੇ ਸਾਹਮਣੇ ਕਰ ਸਕੀਏ ਹਾਂ ਸਾਹਿਬ ਹਜੇ ਆ ਕੇ ਰੁਕੇ ਸੀ ਮੈਂ ਕਹੂੰਗਾ ਮੈਂ ਨਹੀਂ ਦੱਸੂਗਾ ਉਹ ਕਿਹੜੀ ਚੀਜ਼ ਹੈਗੀ ਹਾਂ ਸਾਹਿਬ ਵੀ ਦੱਸਣਗੇ ਹਾਂ ਸਾਹਿਬ ਦੱਸੋ ਕਿਹੜੀ ਚੀਜ਼ ਹੈ ਜਿਹੜੀ ਆਪਾਂ ਨਵੀਂ ਦਿਖਾਉਣ ਲੱਗਿਆ ਅਤੇ ਅੱਜ ਹੀ ਤੁਸੀਂ ਲੈ ਕੇ ਆਏ ਹੋ ਮੈਂ ਯਾਦ ਹੀ ਕਰ ਰਿਹਾ ਸੀ ਜਦੋਂ ਮੈਂ ਲਿਆ ਕੇ ਅੰਦਰ ਰੱਖੇ ਨਾ ਪਹਿਲਾਂ ਚਲੋ ਰਸਤੇ 'ਚ ਸੀਗੇ ਦਿਮਾਗ 'ਚ ਤਾਂ ਉਦੋਂ ਵੀ ਸੀਗਾ ਤਾਂ ਜਦੋਂ ਮੈਂ ਰੱਖ ਕੇ ਨਾ ਮੈਂ ਬੇਟੇ ਨੂੰ ਕਿਹਾ ਮੈਂ ਯਾਰ ਵੀਡੀਓ ਬਣਾ ਮੈਂ ਆਪਾਂ ਫੇਸਬੁੱਕ 'ਤੇ ਪਾਉਣੇ ਆ ਤੁਸੀਂ ਦੇਖ ਵੀ ਸਕਦੇ ਹੋ 10-20 ਮਿੰਟ ਪਹਿਲਾਂ ਦੀ ਵੀਡੀਓ ਬਣਾਈ ਹੋਈ ਹੈ ਆਉਣ ਸਰ ਪਾਣੀ ਵੀ ਨਹੀਂ ਪੀਤਾ ਮੈਂ ਇਹਨੂੰ ਆਖਿਆ ਮੈਂ ਤੂੰ ਥਾਲ ਲੈ ਕੇ ਆ ਕੇ ਵੀਡੀਓ ਬਣਾ ਇਹਨਾਂ ਦੀ ਵੀ ਆਪਾਂ ਵੀ ਧੂਰੀ ਦੇ ਵਿੱਚ ਵਿਰਾਸਤੀ ਅਤੇ ਸੰਗੀਤਕ ਲਾਇਬ੍ਰੇਰੀ ਵਿੱਚ ਨਵੀਂ ਚੀਜ਼ ਐਡ ਹੋਈ ਆ ਇਹ ਸਿੱਕੇ ਨੇ ਜੀ ਆਹ ਵਾਲੇ ਇਹ 3.5 ਕਿਲੋ ਤੋਂ ਉੱਪਰ ਨੇ ਇਹ ਚਾਂਦੀ ਅਤੇ ਤਾਂਬੇ ਦੇ ਸਿੱਕੇ ਨੇ ਚਾਂਦੀ ਅਤੇ ਤਾਂਬਾ ਮਿਕਸ ਹੈ ਇਹ 1000 ਸਾਲ ਪੁਰਾਣੇ ਸਿੱਕੇ ਨੇ ਇਹ ਦੱਬੇ ਹੋਏ ਨਿਕਲੇ ਨੇ ਕਿਤੋਂ ਆ ਗੜਬੀ ਭਰੀ ਹੋਈ ਸੀ ਪੂਰੀ ਇਹ ਹੋ ਸਕਦਾ ਚਾਂਦੀ ਦੇ ਵੀ ਨਿਕਲੇ ਹੁਣ ਉਹਨਾਂ ਕੋਲ ਹੋਰ ਅਲੱਗ ਵੀ ਹੋਵੇ ਸੋਨੇ ਦੇ ਵੀ ਹੁਣ ਉਹ ਵੱਡੀ ਹਵੇਲੀ ਕੁਛ ਨੇ ਉਹ ਕਰੀ ਸੀਗੀ ਉਹਨਾਂ ਵਿੱਚੋਂ ਨਿਕਲੇ ਨੇ ਅਤੇ ਬਸ ਜਿੰਨੇ ਕੁ ਮੈਨੂੰ ਮਿਲੇ ਉਹਨਾਂ ਤੋਂ ਮੈਂ ਧੱਕੇ ਧੁੱਕੇ ਨਾਲ ਕਹਿ ਕੇ ਪਿਆਰ ਨਾਲ ਲਾ ਲਓ ਜਾਂ ਮਿਹਨਤ ਤਰਲਾ ਕਰਕੇ ਮੈਂ ਲੈ ਕੇ ਆਇਆ ਉਹਨਾਂ ਤੋਂ ਹਾਂਜੀ ਹਾਂਜੀ ਫਿਰ ਇਹਦਾ ਇਤਿਹਾਸ ਕੀ ਹੋਊਗਾ ਨਾ ਵੈਸੇ ਤਾਂ ਜਿਵੇਂ ਤੁਹਾਨੂੰ ਤਾਂ ਚਲੋ ਆਪਾਂ ਤੁਹਾਨੂੰ ਤਾਂ ਪਤਾ ਇਹਨਾਂ ਬਾਰੇ ਕਾਫੀ ਪਤਾ ਹੈ ਇਹਦਾ ਇਤਿਹਾਸ ਨਹੀਂ ਜੀ ਇਹ ਖੁਦ ਹੀ ਇਤਿਹਾਸ ਹੈ ਇਹ ਇਹੀ ਇਤਿਹਾਸ ਹੈ ਅਤੇ ਇਹਦੇ ਬਾਰੇ ਜਾਣਕਾਰੀ ਵਾਲੇ ਪੂਰੀ ਲੈਣੀ ਹੈ ਵੀ ਕੀ ਕਿਹੜੇ ਰਾਜੇ ਦੇ ਨੇ ਜਿਵੇਂ ਸ਼ੇਰਸ਼ਾਹ ਸੂਰੀ ਹੋਇਆ ਅਤੇ ਮੁਹੰਮਦ ਤੁਗਲਕ ਹੋ ਗਿਆ ਇੱਦਾਂ ਦੇ ਜਿਹੜੇ ਰਾਜੇ ਸੀ ਉਹਨਾਂ ਦੇ ਸਿੱਕੇ ਨੇ ਸਾਰੇ ਜ਼ਿਆਦਾਤਰ ਇਹ ਹਾਂਜੀ ਜਿਵੇਂ ਨਾ ਜੀ ਇੱਕ ਅਕਸਰ ਆਪਾਂ ਦੇਖਦੇ ਹੁੰਦੇ ਸੀਗੇ ਕਹਿ ਦਿੰਦੇ ਯਾਰ ਵੀ ਜਿਹੜੀ ਇਹ ਗੱਲ ਹੈ ਮੁੱਦਾ ਗੱਲ ਕਹਿ ਰਿਹਾ 16 ਆਨੇ ਸੱਚ ਕਹਿ ਰਿਹਾ ਹੈਗਾ ਉਹ 16 ਆਨੇ ਵਾਲਾ ਸਿੱਕਾ ਕਿਹੜਾ ਹੈ ਕਿਉਂਕਿ ਨਾ ਸੁਣਿਆ ਬਹੁਤ ਵਾਰੀ ਆ ਪਰ ਦੇਖਿਆ ਨਹੀਂ ਕਦੇ ਜਿਹੜਾ 1 ਰੁਪਈਆ ਦਾ ਸਿੱਕਾ ਹੁੰਦਾ ਸੀ ਉਹਨੂੰ 16 ਆਨੇ ਹੁੰਦਾ ਸੀ ਉਹ ਜਿਹੜੀ 8 ਆਨੇ ਹੁੰਦੇ ਇਹਨੂੰ 98 ਕਹਿੰਦੇ ਹੁੰਦੇ ਜਿਹਨੂੰ ਉਹ 8 ਆਨੇ ਹੁੰਦੇ ਸੀ ਉਹ 98 ਕਹਿਣ ਲੱਗ ਗਏ ਆਪਣੇ ਪੰਜਾਬੀ ਨਾ ਫਿਰ ਨਾਮ ਵਿਗਾੜ ਲੈਂਦੇ ਨੇ ਚੀਜ਼ ਦਾ ਆਹ 16 ਆਨੇ ਨੇ ਇਹ 16 ਆਨੇ 1 ਰੁਪਈਆ 16 ਆਨੇ ਹੋ ਗਏ ਇਹ 8 ਆਨੇ ਹੋ ਗਏ ਜਿਹੜੀ ਚਵਾਨੀ ਹੁੰਦੀ ਸੀ ਉਹ 4 ਆਨੇ ਨੂੰ ਚਵਾਨੀ ਕਹਿਣ ਲੱਗ ਗਏ 4 ਆਨੇ ਨੂੰ ਚਵਾਨੀ ਕਹਿਣ 2 ਆਨਿਆਂ ਨੂੰ ਦਵਾਨੀ ਕਹਿਣ ਲੱਗ ਗਏ ਉਹ ਆਪਾਂ ਵਿਗਾੜ ਲੈਂਦੇ ਨੇ ਨਾਂ ਆਪਣੇ ਪੰਜਾਬੀ ਲਾ ਲਓ ਜਾਂ ਇੰਡੀਅਨ ਲੋਕ ਵੀ ਲਾ ਲਓ ਚੀਜ਼ ਨੂੰ ਵਿਗਾੜ ਕੇ ਨਾ ਉਹਦਾ ਜ਼ਿਆਦਾ ਵਧੀਆ ਲੈ ਕੇ ਪਸੰਦ ਕਰਦੇ ਨੇ ਜਿਵੇਂ ਸਾਡਾ ਪਿੰਡ ਲਾਲ ਹੈ ਉਹਨੂੰ ਲਾਲਾ ਹੀ ਕਹਿੰਦੇ ਨੇ ਠੀਕ ਹੈ ਜਿਵੇਂ ਕਹਿੰਦੇ ਨੇ ਹਰ ਇੱਕ ਚੀਜ਼ ਦਾ ਸ਼ਾਰਟ ਕਰਨਾ ਜ਼ਰੂਰੀ ਹੁੰਦਾ ਕਰਨਾ ਜ਼ਰੂਰੀ ਹੈ ਸ਼ਾਰਟ ਕਰ ਲੈਂਦੇ ਨੇ ਲੋਕ ਜਿੰਨਾ ਮਰਜ਼ੀ ਵਧੀਆ ਮਾਂ ਪਿਓ ਬੱਚੇ ਦਾ ਨਾਂ ਰੱਖ ਲੈਣ
ਉਹ ਫਿਰ ਵੀ ਉਹਦੇ ਨਾਲ ਬਸ ਕੋਈ ਇਹੋ ਜਿਹਾ ਰੱਖ ਲੈਣਗੇ ਸੁਰਿੰਦਰ ਸਿੰਘ ਸ਼ਾਇਰੀ ਕਰ ਦਿੰਦੇ ਆ ਉਹ ਸਾਡਾ ਰਿਸ਼ਤੇਦਾਰੀ ਉਹਦਾ ਨਾਂ ਘੋਕਾਗਾ ਉਹਦਾ ਤੂੰ ਮੈਂ ਕਿਹਾ ਵੀ ਤੇਰੋਂ ਚੰਗਾ ਭਲਾ ਨਾਂ ਉਹਦਾ ਬਲਜਿੰਦਰ ਸਿੰਘ ਘੋਕਾ ਉਹ ਬਸ ਘੋਕੇ ਦੇ ਨਾਲ ਨਾਲ ਘੋਗਲ ਇੱਕ ਘੋਗਲ ਇਦਾਂ ਦੇ ਨਾਂ ਪੁੱਠੇ ਸਿੱਧੇ ਰੱਖੇ ਹੁੰਦੇ ਨੇ ਬਚਪਨ ਦੇ ਉਹੀ ਨਾਂ ਚੱਲੀ ਜਾਂਦੇ ਨੇ ਵੱਡੇ ਹੋ ਕੇ ਫਿਰ ਹਾਂਜੀ ਬਿਲਕੁਲ ਬਿਲਕੁਲ ਹਾਂ ਸਾਹਿਬ ਚਲੋ ਗੱਲਾਂ ਬਾਤਾਂ ਕਰ ਲਈਆਂ ਆਪਾਂ ਨੇ ਸਿੱਖਿਆ ਬਾਰੇ ਜਿੰਨੀ ਕੁ ਜਾਣਕਾਰੀ ਸਾਨੂੰ ਸੀ ਨੌਲੇਜ ਵੀ ਦਿੱਤੀ ਤੁਹਾਨੂੰ ਅਤੇ ਹੁਣ ਆਪਾਂ ਜੇਕਰ ਆਪਾਂ ਲਾਸਟ 'ਤੇ ਗੱਲ ਕਰੀਏ ਸਭ ਤੋਂ ਐਕਸਪੈਂਸਿਵ ਕਿਹੜਾ ਹੋਊਗਾ ਸਭ ਤੋਂ ਕੋਸਟਲੀ ਕਿਹੜਾ ਸਿੱਕਾ ਹੋਊਗਾ ਤੁਹਾਡੇ ਕੋਲ ਵੀ ਆਹ ਸਿੱਕਾ ਮੈਂ ਕਲੈਕਟ ਕਰਿਆ ਸਭ ਤੋਂ ਮਹਿੰਗਾ ਮੇਰੇ ਕੋਲ ਜੀ ਮੈਂ ਜਿੱਥੇ ਕਿ ਮੈਂ ਸੁਣਿਆ ਕਲੈਕਟਰਾਂ ਤੋਂ ਵੀ ਜਿਹੜਾ ਮਲੇਰਕੋਟਲੇ ਰਿਆਸਤ ਦਾ ਸਿੱਕਾ ਤਾਂਬੇ ਦਾ ਸਿੱਕਾ ਵੀ 7 ਲੱਖ ਰੁਪਏ ਦਾ ਤਾਂਬੇ ਦਾ ਸਿੱਕਾ ਤਾਂਬੇ ਦਾ ਵੀ ਉਹ ਮਿਲਦਾ ਨਹੀਂ ਰੇਅਰ ਹੈ ਹੋ ਸਕਦਾ ਇਹਨਾਂ ਵਿੱਚ ਪਿਆ ਵੀ ਹੋਵੇ ਦੇਖੋ ਮੈਨੂੰ ਪੜ੍ਹਨਾ ਨਹੀਂ ਆਉਂਦਾ ਬਹੁਤ ਲੋਕ ਮੰਗਦੇ ਨੇ ਕੋਈ ਕਹਿੰਦਾ ਤਾਂਬੇ ਦੇ ਸਿੱਕੇ ਕੋਈ ਕਹਿੰਦਾ 2000 ਦਾ ਦੇ ਦਿਓ 3000 ਦਾ ਦੇ ਦਿਓ ਉੱਥੇ ਮੇਰੀ ਸਰ 'ਤੇ ਇੱਕ ਹੋਰ ਹੁੰਦੀ ਹੈ ਮੈਨੂੰ ਪਤਾ ਨਹੀਂ ਵੀ ਕਿਹੜਾ ਕੀਮਤੀ ਹੈ ਕਿਹੜਾ ਨਹੀਂ ਜਿੰਨਾ ਚਿਰ ਆਪ ਨੂੰ ਪਤਾ ਹੀ ਨਹੀਂ ਫਿਰ ਆਪਾਂ ਇੱਦਾਂ ਦੇ ਵੀ ਨਹੀਂ ਸਕਦੇ ਚੀਜ਼ ਨੂੰ ਹੈ ਇਹ ਕੀਮਤੀ ਨੇ ਸਾਰੇ ਇਹ 'ਚ ਕੋਈ ਸ਼ੱਕ ਨਹੀਂ ਪਰ ਮੇਰੀ ਸਰਤ ਰੱਖ ਦਿੰਦਾ ਵੀ ਸਾਰੇ ਲੈ ਜਾ ਜਿਵੇਂ ਮਤਲਬ ਕੋਈ 5000 ਤੱਕ ਵੀ ਦੇਣ ਨੂੰ ਤਿਆਰ ਹੁੰਦਾ ਸਿੱਕੇ ਦਾ ਇੱਕ ਦਾ ਅੱਛਾ ਲੋਕ ਦੱਸਦੇ ਵੀ ਹੈ ਨਹੀਂ ਵੀ ਮੈਂ ਕਿਹੜਾ ਲਊਂਗਾ ਉਹ ਪਹਿਲਾਂ ਇਹ ਕਹਿ ਦਿੰਦੇ ਵੀ ਇਹਨਾਂ ਵਿੱਚੋਂ ਸਿੱਕਾ ਲਊਂਗਾ ਮੈਂ ਇੱਕ ਵੀ ਕਿੰਨੇ ਦਾ ਦਊਂਗੇ ਮਤਲਬ ਦੱਸਦੇ ਨਹੀਂ ਵੀ ਕਿਤੇ ਪਤਾ ਨਾ ਲੱਗ ਜਾ ਯਾਰ ਵੀ ਕਿਹੜੀ ਚੀਜ਼ ਹੈ ਫਿਰ ਉਹਨੂੰ ਅਲੱਗ ਰੱਖਣ ਲੱਗ ਜੂ ਜਾਂ ਦੇਣਾ ਨਹੀਂ ਕਿਉਂ ਲੋਕ ਸਿਆਣੇ ਨੇ ਸਮਝਦਾਰ ਨੇ ਖੈਰ ਹਰ ਇੱਕ ਬੰਦਾ ਆਪਣੇ ਘਰ ਨੂੰ ਸਿਆਣਾ ਹੁੰਦਾ ਪਰ ਮੈਂ ਮੇਰੀ ਸੋਚ ਇੱਦਾਂ ਫਿਰ ਵੀ ਮੈਂ ਇੰਨੇ ਪੈਸੇ ਲਾ ਕੇ ਰੱਖੇ ਨੇ ਯਾਰ ਮੈਨੂੰ ਕਦੋਂ ਫਾਇਦਾ ਹੋਣਾ ਗੌਰਮੈਂਟ ਨੇ ਤਾਂ ਕੋਈ ਸਭਾ 'ਤੇ ਦਿੱਤੀ ਨਹੀਂ ਅੱਜ ਤੱਕ ਨਾ ਦੇਣੀ ਹੈ ਕਿਉਂ ਕੰਮ ਤਾਂ ਗੌਰਮੈਂਟਾਂ ਦੇ ਨੇ ਚੀਜ਼ਾਂ ਨੂੰ ਸੰਭਾਲਣਾ ਪੁਰਾਣੇ ਵਿਰਾਸਤ ਨੂੰ ਦੇਖੋ ਮੈਂ ਸਾਰੀ ਵਿਰਾਸਤ ਸੰਭਾਲੀ ਬੈਠਾ ਇਕੱਲੇ ਸਿੱਕੇ ਨਹੀਂ ਪੁਰਾਣੇ ਨੋਟ ਵੀ ਨੇ ਅਤੇ ਪੁਰਾਣਾ ਸੱਭਿਆਚਾਰ ਸਾਰਾ ਅਤੇ ਪੁਰਾਣੇ ਇਤਿਹਾਸਿਕ ਚੀਜ਼ਾਂ ਜਿਵੇਂ ਆ ਕੈਸਟਾਂ ਜਾਂ ਰਿਕਾਰਡ ਵਗੈਰਾ ਸਾਰਾ ਇੱਦਾਂ ਦਾ ਸਾਰਾ ਕੁਝ ਰੱਖਿਆ ਹੋਇਆ ਠੀਕ ਹੈ ਪਰ ਗੌਰਮੈਂਟ ਨੂੰ ਤਾਂ ਕੋਈ ਮਤਲਬ ਨਹੀਂ ਇਹਨਾਂ ਗੱਲਾਂ ਨਾਲ ਅਤੇ ਕਰਦੇ ਹਾਂ ਕਿ ਇਹ ਵੀਡੀਓ ਜਿਹੜੀ ਹੈਗੀ ਹੈਗੀ ਪੰਜਾਬ ਸਰਕਾਰ ਤੱਕ ਵੀ ਜ਼ਰੂਰ ਪਹੁੰਚੂਗੀ ਅਤੇ ਹੋ ਸਕਦਾ ਹੋਇਆ ਤਾਂ ਤੁਹਾਡੇ ਤੱਕ ਪਹੁੰਚ ਵੀ ਜ਼ਰੂਰ ਕਰਨਗੇ ਜੀ ਧੰਨਵਾਦ ਜੀ ਇੱਕ ਮੈਂ ਅਖੀਰ ਤੇ ਅਖੀਰ ਸਵਾਲ ਹੋਊਗਾ ਲਾਸਟ 'ਤੇ ਸਵਾਲ ਹੋਊਗਾ ਜੇਕਰ ਆਪਾਂ ਗੱਲ ਕਰ ਲਈਏ ਵੀ ਸਿੱਕੇ ਬਹੁਤ ਪੈ ਨੇ ਆਪਣੇ ਕੋਲ ਹੈ ਨਾ ਤੁਸੀਂ ਕਿਹਾ ਵੀ ਹਰ ਇੱਕ ਸਿੱਕੇ ਦੀ ਕੀਮਤ ਅਲੱਗ ਅਲੱਗ ਹੈਗੀ ਕਈ ਕੋਸਟਲੀ ਵੀ ਨੇਗੇ ਕਈ ਸਸਤੇ ਵੀ ਵਿੱਚ ਹੁੰਦੇ ਹੈਗੇ ਕਿੰਨੇ ਕੁ ਸਾਰਾ ਤੁਸੀਂ ਇਨਵੈਸਟਮੈਂਟ ਕਰ ਚੁੱਕੇ ਹੋ ਇਕੱਲੇ ਸਿੱਕਿਆਂ ਸਿੱਕਿਆਂ ਦੀ ਆਪਾਂ ਗੱਲ ਕਰ ਲਈ ਕਿਉਂਕਿ ਵੈਸੇ ਜੇਕਰ ਦਰਸ਼ਕ ਜਿਹੜੇ ਦੇਖ ਰਹੇ ਨੇ ਜਿਹਨਾਂ ਨੂੰ ਨਹੀਂ ਗਿਆਨ ਹੈਗਾ ਉਹਨਾਂ ਨੂੰ ਤਾਂ ਲੱਗ ਰਿਹਾ ਹੋਊਗਾ ਯਾਰ ਵੀ ਇੱਕ ਤਰ੍ਹਾਂ ਦਾ ਜਿਵੇਂ ਕਵਾੜ ਨਹੀਂ ਹੁੰਦਾ ਪੁਰਾਣਾ ਵੀ ਉਹ ਇਕੱਠਾ ਕਰਿਆ ਲੱਗਦਾ ਪਰ ਤੁਹਾਡੀ ਨਿਗਾਹ ਨਾਲ ਦੇਖੀਏ ਇੱਕ ਕਿੰਨੇ ਕੁ ਇਨਵੈਸਟਮੈਂਟ ਹੋਈ ਹੋਈ ਇਹਨਾਂ 'ਤੇ ਇਹ ਸੋਚਣ ਵਾਲੇ ਨੇ ਤਾਂ ਆਪਦੇ ਹਿਸਾਬ ਨਾਲ ਹੀ ਸੋਚਣਾ ਹੁੰਦਾ ਕੋਈ ਵੀ ਚੀਜ਼ ਹੈ ਆਪਾਂ ਕਿਸੇ ਤੋਂ ਕੋਈ ਚੀਜ਼ ਖਰੀਦਣੀ ਵੀ ਹੈ ਨਾ ਆਪਾਂ ਉਹਨੂੰ ਮਤਾਂ ਦੇਵਾਂਗੇ ਵੀ ਐਂ ਨਹੀਂ ਹੁੰਦਾ ਜੀ ਐਂ ਨਹੀਂ ਹੁੰਦਾ ਇਹਨੂੰ ਉਹਨੂੰ ਸਮਝਾਵਾਂਗੇ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਅਗਲਾ ਜਿਹੜਾ ਰੱਖੀ ਬੈਠਾ ਉਹਨੂੰ ਕਿਤੇ ਪਤਾ ਹੀ ਨਹੀਂ ਉਹਦੇ ਬਾਰੇ ਮਤਲਬ ਕਹਿਣ ਦਾ ਵੀ ਮੇਰੇ ਕਹਿਣ ਨਾਲ ਕੁਛ ਨਹੀਂ ਹੋਣਾ ਇਹਨਾਂ ਚੀਜ਼ਾਂ ਦਾ ਵੀ ਕਿਹੜਾ ਕੀ ਹੈ ਜਿਹੜੀ ਚੀਜ਼ ਕੀਮਤੀ ਹੈ ਉਹ ਕੀਮਤੀ ਹੀ ਹੈ ਠੀਕ ਹੈ ਅਤੇ ਬਾਕੀ ਜਿੱਥੋਂ ਮਿਲੀ ਜਾਂਦਾ ਇਕੱਠਾ ਕਰੀ ਜਾਂਦੇ ਹਾਂ ਅਤੇ ਕਦਰਦਾਨ ਨੂੰ ਪਤਾ ਦੂਜਿਆਂ ਵਾਸਤੇ ਕਬਾੜ ਹੈ ਹਾਂਜੀ ਬਹੁਤ ਚੰਗਾ ਲੱਗਿਆ ਅਖੀਰ 'ਤੇ ਮੈਂ ਚਾਹੁੰਗਾ ਕਿ ਜਾਂਦੇ ਜਾਂਦੇ ਆਪਣਾ ਸੰਪਰਕ ਨੰਬਰ ਜ਼ਰੂਰ ਦੱਸ ਦਿਓ ਤਾਂ ਕਿ ਅਗਰ ਕਿਸੇ ਵੀ ਸ਼ਖਸ ਦੇ ਕੋਈ ਅਜਿਹੇ ਸਿੱਕੇ ਪਏ ਹੋਵੇ ਜਾਂ ਫਿਰ ਅਜਿਹਾ ਕੋਈ ਪੁਰਾਣਾ ਇਤਿਹਾਸ ਪਿਆ ਹੋਵੇ ਤੁਹਾਨੂੰ ਦੇਣਾ ਚਾਹੁੰਦਾ ਜਾਂ ਫਿਰ ਤੁਹਾਡੇ ਤੋਂ ਕੋਈ ਚੀਜ਼ ਲੈਣੀ ਚਾਹੁੰਦਾ ਤਾਂ ਫੋਨ ਕਰ ਸਕੇ ਬਿਲਕੁਲ ਜੀ 90412-3500 ਨੰਬਰ ਹੈ ਮੇਰਾ ਬਲਕਾਰ ਹੰਸ ਨਾਂ ਧੂਰੀ ਤੋਂ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਜੀ ਸੋ ਦੋਸਤੋ ਅੱਜ ਸਿੱਕਿਆਂ ਬਾਰੇ ਜਾਣਕਾਰੀ ਦਿੱਤੀ ਮੈਨੂੰ ਉਮੀਦ ਹੈ ਚੰਗੀ ਲੱਗੀ ਹੋਊਗੀ ਵੀਡੀਓ ਕਿਉਂਕਿ ਅਜਿਹੀਆਂ ਜਾਣਕਾਰ ਚੀਜ਼ਾਂ ਜਿਹੜੀਆਂ ਪੁਰਾਣੇ ਇਤਿਹਾਸ ਨਾਲ ਜੁੜੀਆਂ ਨੇ ਪੁਰਾਣੇ ਪੰਜਾਬ ਨਾਲ ਜੁੜੀਆਂ ਨੇ ਤੁਹਾਨੂੰ ਸੁਣ ਕੇ ਚੰਗੀ ਲੱਗੀ ਹੋਊਗੀ ਮੈਨੂੰ ਉਮੀਦ ਇਹੀ ਹੈ ਵੀਡੀਓ ਚੰਗੀ ਲੱਗੀ ਹੋਊਗੀ ਤਾਂ ਇਸ ਵੀਡੀਓ ਨਾਲ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤਾਂ ਕਿ ਅਜਿਹੇ ਸ਼ਖਸਾਂ ਨਾਲ ਮੁਲਾਕਾਤ ਕਰਵਾਉਂਦੇ ਨੇ ਜਿਹੜੇ ਕਿ ਪੰਜਾਬ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਨੇ ਤਾਂ ਇਸ ਅਜਿਹੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬ ਨਿਊਜ਼ ਦੇ ਨਾਲ ਮੈਨੂੰ ਯਾਨੀ ਕਿ ਹਰਦੀਪ ਸ਼ਰਪਿੰਦਰ ਇਜਾਜ਼ਤ ਧੰਨਵਾਦ